ਹਰਬਖਸ਼ ਸਿੰਘ ਹੰਸਪਾਲ ਦੀ ਕਹਾਣੀ ਹੈ OPD ਦੇ ਬਾਹਰ ਪੰਥ ਹਸਪਤਾਲ ਦੇ ਕਾਰਡੀਓਲੋਜੀ ਦੇ OPD ਦੇ ਕਮਰੇ ਬਾਹਰ ਬੈਂਚ ਦੇ ਬੈਠਾ ਮੈਂ ਆਪਣੀ ਵਾਰੀ ਉਡੀਕ ਰਿਹਾ ਸਾਂ ਨੰਬਰ ਮੇਰਾ ਤਕਰੀਬਨ 837 ਸੀ ਤੇ ਹਾਲੇ ਵੀ ਲੱਗਦਾ ਸੀ ਕਿ ਵਾਰੀ ਆਉਂਦਿਆਂ ਸ਼ਾਇਦ ਘੰਟਾ ਕੁ ਹੋਰ ਲੱਗ ਜਾਏ ਭੀੜ ਕਾਫੀ ਸੀ ਅੰਦਰੋਂ ਬੜੀ ਦੇਰ ਬਾਅਦ ਅਗਲੇ ਨੰਬਰ ਨੂੰ ਆਵਾਜ਼ ਪੈਂਦੀ ਤੇ ਬਾਕੀ ਸਭ ਇੱਕ ਦੂਜੇ ਦੇ ਮੂੰਹ ਹਲ ਵੇਖਦੇ ਪਰ ਕਈ ਲੋਕ ਉੰਜੀ ਕਮਰੇ ਚਾਉਂਦੇ ਜਾਂਦੇ ਵਿਖਾਈ ਦਿੰਦੇ ਹੱਥ 'ਚ ਪਰਚੀਆਂ ਫੜੀ ਜਾਂ ਫਾਈਲਾਂ ਚੁੱਕੀ ਤੇ ਉਡੀਕ ਰਹੇ ਲੋਕੀ ਕੋਸਰਮੋਸਰ ਕਰਦੇ ਜੀ ਸਭ ਥਾਂਸ ਫਾਰਸ਼ ਚੱਲਦੀ ਹੈ ਜਿਨ੍ਹਾਂ ਦੀ ਜਾਣ ਪਛਾਣ ਹੈ ਉਹਨਾਂ ਨੂੰ ਪਹਿਲਾਂ ਦੇਖਦੇ ਨੇ ਬਿਗੈਰ ਜਾਣ ਪਛਾਣ ਤੋਂ ਤਾਂ ਖੁਆਰ ਹੋਣ ਵਾਲੀ ਗੱਲ ਹੈ ਤੇ ਵਾਕਿਆ ਹੀ ਕੋਈ ਮਰੀਜ਼ ਕਿਸੇ ਕਰਮਚਾਰੀ ਨਾਲ ਅੰਦਰ ਜਾ ਰਿਹਾ ਹੁੰਦਾ ਕੋਈ ਕਿਸੇ ਨਰਸ ਨਾਲ ਤੇ ਕਿਸੇ ਮਰੀਜ਼ ਨੂੰ ਕੋਈ ਹੋਰ ਡਾਕਟਰ ਖੋਦ ਅੰਦਰ ਛੱਡ ਆਉਂਦਾ ਨਜ਼ਰ ਆਉਂਦਾ ਬਾਰ ਬੈਠੇ ਉਡੀਕ ਰਹੇ ਬਾਹਰ ਹੀ ਉਡੀਕਦੇ ਰਹਿੰਦੇ ਤੇ ਬੁੜਬੁੜ ਕਰਦੇ ਮੈਂ ਇਸ ਤਜਰਬੇ ਤੋਂ ਕਾਫੀ ਵਾਕਿਫ ਹੋ ਚੁੱਕਾ ਸੀ ਸਾਲ ਹੋ ਚੁੱਕਿਆ ਸੀ ਹਰ ਮਹੀਨੇ ਇਥੇ ਓ ਪੀ ਡੀ ਚ ਦਿਖਾਉਣ ਆਉਂਦੇ ਆ ਮੈਂ ਇਸ ਨਤੀਜੇ ਤੇ ਪਹੁੰਚਿਆ ਸੀ ਕਿ ਪਹਿਲਾਂ ਆਉ ਤਾਂ ਵੀ ਉਨਾ ਹੀ ਵਕਤ ਲੱਗਦਾ ਪਿੱਛੋਂ ਆਉ ਤਾਂ ਵੀ ਉਨਾ ਹੀ ਸਗੋਂ ਪਹਿਲਾਂ ਆਉਣ ਦਾ ਨੁਕਸਾਨ ਇਹ ਸੀ ਕਿ ਸਫਾਰਸ਼ੀ ਠਿੰਗੋ ਜੂਰੀ ਅੰਦਰ ਜਾਂਦੇ ਸੀ ਕਮਲ ਪਿਆ ਰਹਿੰਦਾ ਸੀ ਡਾਕਟਰਾਂ ਨੂੰ ਵੀ ਤੇ ਉਹ ਵੀ ਸਫਾਰਸ਼ੀਆਂ ਨੂੰ ਨਾ ਵੀ ਨਹੀਂ ਸੀ ਕਰ ਸਕਦੇ ਬੇਦਲੀ ਨਾਲ ਮਰੀਜ਼ਾਂ ਨੂੰ ਦੇਖਦੇ ਪਰ ਅਖੀਰ ਚ ਥੋੜੇ ਮਰੀਜ਼ ਰਹਿ ਜਾਣ ਕਰਕੇ ਕੋਈ ਤਕਮ ਤਕਾ ਵੀ ਨਹੀਂ ਸੀ ਕੋਈ ਕਮਲ ਵੀ ਨਹੀਂ ਸੀ ਪਿਆ ਰੰਦਾ ਤੇ ਡਾਕਟਰ ਭਾਵੇਂ ਥੱਕੇ ਹੋਈ ਹੁੰਦੇ ਫਿਰ ਵੀ ਬੜੇ ਆਰਾਮ ਨਾਲ ਬੜੀ ਤਸੱਲੀ ਨਾਲ ਮਰੀਜ਼ ਨੂੰ ਦੇਖਦੇ ਸੋ ਮੈਂ ਇੱਕ ਦੋ ਵਾਰੀ ਦੀ ਲੰਮੀ ਉਡੀਕ ਤੋਂ ਬਾਅਦ ਹੀ ਕਰਨਾ ਠੀਕ ਸਮਝਿਆ ਕਿ ਮਿੱਥੇ ਸਮੇਂ ਚ ਆਰਾਮ ਨਾਲ ਆ ਕੇ ਆਪਣਾ ਨੰਬਰ ਲਗਾਉਣਾ ਫਿਰ ਆਰਾਮ ਨਾਲ ਕਿਤੇ ਬਾਹਰ ਲਾਂਚ ਅਖਬਾਰ ਮੈਗਜ਼ੀਨ ਵગેਰਾ ਪੜਦੇ ਰਹਿਣਾ ਤੇ ਫਿਰ ਭੀੜ ਘਟ ਹੋਣ ਤੇ ਕਮਰੇ ਚ ਆ ਕੇ ਉਡੀਕਣਾ ਪਰ ਲੋਕਾਂ ਨੂੰ ਪਤਾ ਨਹੀਂ ਕਿਉਂ ਇਸ ਗੱਲ ਦੀ ਸਮਝ ਨਹੀਂ ਸੀ ਆਉਂਦੀ ਸਿਫਾਰਿਸ਼ ਤਾਂ ਹਰ ਜਗ੍ਹਾ ਚੱਲਦੀ ਹੈ ਡਾਕਟਰ ਆਪਣੇ ਜਾਨੂਆਂ ਨੂੰ ਆਪਣੇ ਸਟਾਫ ਨੂੰ ਕਿਵੇਂ ਨਾ ਕਰ ਦੇਣ ਜਿਹਦੀ ਵਕੀਫੀਤ ਹੋਏਗੀ ਉਹ ਜ਼ਰੂਰ ਕੋਸ਼ਿਸ਼ ਕਰੇਗਾ ਆਪਣਾ ਕੰਮ ਪਹਿਲਾਂ ਕਰਵਾਉਣ ਦਾ ਤੇ ਜੇ ਵਕੀਫੀਤ ਨਹੀਂ ਸਿਫਾਰਿਸ਼ ਨਹੀਂ ਕਿਉਂ ਨਾ ਚੁੱਪ ਕਰਕੇ ਬੈਠਿਆ ਜਾਏ ਆਪੇ ਵਾਰੀ ਆ ਜਾਊ ਪਰ ਨਹੀਂ ਇਸ ਤਰ੍ਹਾਂ ਦਾ ਵਤੀਰਾ ਬਣਾਉਣਾ ਸ਼ਾਇਦ ਹਰ ਇੱਕ ਲਈ ਸੰਭਵ ਨਹੀਂ ਕੁਝ ਨਾ ਕੁਝ ਗੱਲਾਂ ਤਾਂ ਲੋਕ ਕਰਦੇ ਹੀ ਰਹਿੰਦੇ ਜ ਜਿਹਨੂੰ ਆਵਾਜ਼ ਪੈਣੀ ਉਹਦੇ ਮੱਥੇ ਦੀਆਂ ਤਿਉੜੀਆਂ ਖਿੰਡ ਜਾਂਦੀਆਂ ਤੇ ਉਸ ਦਰਵਾਜ਼ੇ ਵੱਲ ਵੱਧ ਜਾਣਾ ਤੇ ਜੋ ਪਿੱਛੇ ਬੈਠੇ ਹੁੰਦੇ ਉਹ ਇੱਕ ਦੂਜੇ ਵੱਲ ਵੇਖਦੇ ਤੇ ਕਦੀ ਕੋਈ ਮਾੜੀ ਮੋਟੀ ਗੱਲ ਚਲਾਉਣ ਦੀ ਕੋਸ਼ਿਸ਼ ਕਰਦੇ ਤੁਹਾਨੂੰ ਕਦੋਂ ਤਕਲੀਫ ਹੋਈ ਸੀ ਕਿਹੜੇ ਵਾਰ ਚ ਦਾਖਲ ਸੀ ਕਿੰਨੇ ਦਿਨ ਹਸਪਤਾਲ ਰਹੇ ਹੁਣ ਗੈਸੀ ਤਬੀਅਤ ਹੈ ਅੱਜਕੱਲ ਦੇਖੋ ਇਹ ਹਾਰਟ ਟ੍ਰਬਲ ਕਿੰਨੀ ਕਾਮਨ ਹੋ ਗਈ ਹੈ ਪਹਿਲਾਂ ਸੁਣੀਂਦਾ ਸੀ ਫਲਾਣੇ ਨੂੰ ਮਲੇਰੀਆ ਹੋ ਗਿਆ ਫਲਾਣੇ ਨੂੰ ਇਨਫਲੂਐਂZA ਹੋ ਗਿਆ ਪਰ ਹੁਣ ਤਾਂ ਹਰ ਕਿਸੇ ਨੂੰ ਦਿਲ ਦੀ ਤਕਲੀਫ ਹੀ ਸੁਣੀਂਦੀ ਕਿਸੇ ਨੂੰ ਬਲੱਡ ਪ੍ਰੈਸ਼ਰ ਚੰਗਿਆਂ ਭਲਿਆਂ ਨੂੰ ਹਾਰਟ ਅਟੈਕ ਨੰਗਲ ਨਾ ਬਾਤ ਪਹਿਲੇ ਵਕਤਾਂ 'ਚ ਕਹਿੰਦੇ ਸੀ ਦੇਸੀ ਘਿਓ ਖਾਓ ਬਨਸਪਤੀ ਕਿਉਂ ਵਗੈਰਾ ਨਹੀਂ ਖਾਣੇ ਚਾਹੀਦੇ ਤੇ ਬਾਅਦ ਅੱਧੀ ਉਮਰੇ ਜਾ ਕੇ ਕੋਈ ਕਮਜ਼ੋਰੀ ਕੋਈ ਤਕਲੀਫ ਵਗੈਰਾ ਹੋ ਸਕਦੀ ਹੈ ਵੇਖ ਲਓ ਹੁਣ ਹਾਲ ਲੋਕਾਂ ਦਾ ਜਣੇ ਖਣੇ ਨੂੰ ਇਹ ਤਕਲੀਫ ਪਰ ਜੀ ਉਹ ਤਾਂ ਮੱਖਣ ਘਿਓ ਖਾਣਾ ਬਿਲਕੁਲ ਬੰਦ ਕਰਨ ਨੂੰ ਕਹਿੰਦੇ ਆ ਅੱਗੇ ਤਾਂ ਕਿਸੇ ਦਾ ਹਾਰਟ ਫੇਲ ਹੁੰਦਾ ਸੀ ਕਿਸੇ ਸ਼ੌਕ ਤੋਂ ਦੁੱਖ ਤੋਂ ਜਾਂ ਬੇਹੱਦ ਕੋਈ ਖੁਸ਼ੀ ਤੋਂ ਜਿਵੇਂ ਲਾਟਰੀ ਵਗੈਰਾ ਨਿਕਲ ਆਏ ਤੇ ਹੁਣ ਤਾਂ ਬਸ ਚੰਗੇ ਭਲੇਆਂ ਨੂੰ ਹੀ ਇਹ ਜੀ ਅੱਜ ਕੱਲ ਦੀ ਫਾਸਟ ਲਾਈਫ ਤੇਜ਼ ਰਫ਼ਤਾਰ ਜ਼ਿੰਦਗੀ ਮੰਨਦੀਆਂ ਪਰੇਸ਼ਾਨੀਆਂ ਕਈ ਕਿਸਮ ਦੀ ਟੈਨਸ਼ਨ ਤਣਾਅ ਕਰਕੇ ਹੈ ਅੱਜ ਕੱਲ ਜੀਣਾ ਬੜਾ ਮੁਸ਼ਕਿਲ ਹੈ ਬਹੁਤ ਹੀ ਫਿਕਰ ਚਿੰਤਾਵਾਂ ਲੱਗੀਆਂ ਰਹਿੰਦੀਆਂ ਸਦੇ ਤਾਂ ਲੋਕੀ ਗੋਲੀਆਂ ਖਾਂਦੇ ਰਹਿੰਦੇ ਆ ਡਾਕਟਰ ਵੀ ਗੱਲ ਗੱਲ ਤੇ ਕੰਪੋਜ਼ ਖਾਣ ਨੂੰ ਕਹਿੰਦੇ ਆ ਕਹਿੰਦੇ ਹਨ ਬਸ ਫਿਕਰ ਘਟਾਓ ਚਿੰਤਾ ਨਾ ਕਰੋ ਦਿਮਾਗ ਤੇ ਬੋਝ ਨਾ ਪੈਣ ਦੇ ਬਸ ਇਸੇ ਤਰ੍ਹਾਂ ਦੀਆਂ ਗੱਲਾਂ ਮਰੀਜ਼ ਤੇ ਉਹਨਾਂ ਨਾਲ ਆਏ ਸਾਥੀ ਆਪਸ ਚ ਕਰਦੇ ਫਿਕਰ ਚਿੰਤਾਵਾਂ ਤਣਾਅ ਵਾਕਈ ਬਹੁਤ ਹੈ ਨੀਂਦ ਮੈਨੂੰ ਵੀ ਘਟ ਆਉਂਦੀ ਹੈ ਤੇ ਡਾਕਟਰ ਕੰਪੋਜ਼ ਖਾਣ ਲਈ ਕਿਹਾ ਹੋਇਆ ਹੈ ਚਿੰਤਾ ਨਾ ਕਰੋ ਰਿਲੈਕਸ ਇਹ ਹੀ ਡਾਕਟਰ ਕਹਿੰਦੇ ਆ ਪਰ ਚਿੰਤਾ ਕਿਵੇਂ ਨਾ ਲੱਗੇ ਆਦਮੀ ਸੋਚਣੋਂ ਤਾਂ ਹੀ ਹਟ ਸਕਦਾ ਜੇ ਕਿਸੇ ਕੰਮ 'ਚ ਆਪਣੇ ਆਪ ਨੂੰ ਮਗਰਨ ਕਰ ਲਵੇ ਖਾਸ ਕਰਕੇ ਜਿਸਮਾਨੀ ਮਿਹਨਤ ਵਾਲੇ ਕੰਮ ਵਿੱਚ ਜਿਸ ਤੇ ਸਰੀਰ ਦੇ ਅੰਗਾਂ ਦੀ ਹਿਲਜੁਲ ਵੀ ਹੁੰਦੀ ਰਹੇ ਤਕਾਵਟ ਹੋਵੇ ਤੇ ਫਿਰ ਨੀਂਦ ਆ ਸਕੋ ਪਰ ਬਹੁਤ ਕੰਮ ਕਰਨ ਦੀ ਬਹੁਤੀ ਹਿਲਜੁਲ ਤੇ ਹਾਲੇ ਪਾਬੰਦੀ ਹੈ ਨਾ ਹੀ ਸਮਰਥਾ ਰਹੀ ਹੈ ਇਸ ਕਰਕੇ ਇਸ ਤਕਲੀਫ ਕਰਕੇ ਵੇਲੇਾਂ ਦਿਮਾਗ ਨੇ ਸੋਚਣਾ ਹੀ ਹੈ ਦਿਮਾਗ ਸੋਚੇਗਾ ਤਾਂ ਦੁਖੀ ਹੋਏਗਾ ਜ਼ਿੰਦਗੀ 'ਚ ਕਾਫੀ ਮਾਇੂਸੀਆਂ ਹੁੰਦੀਆਂ ਹਰ ਗੱਲ ਦਾ ਹਰ ਘਟਨਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਜੇ ਹੀ ਸੋਚਿਆ ਜਾਏ ਕਿ ਤਕਲੀਫ ਕਿਵੇਂ ਹੋਈ ਤਾਂ ਆਪਣੀ ਪਿਛਲੀ ਜ਼ਿੰਦਗੀ ਵਿੱਚੋਂ ਪੁਰਾਣੇ ਨਵੇਂ ਕਾਰਨ ਲੱਭੇ ਜਾ ਸਕਦੇ ਐ ਬਾਹਰ ਜ਼ਿੰਦਗੀ ਤੋਂ ਜੂਝਣ ਤੋਂ ਇਲਾਵਾ ਕੰਮ ਦੀਆਂ ਪਰੇਸ਼ਾਨੀਆਂ ਤੋਂ ਇਲਾਵਾ ਘਰੇਲੂ ਜ਼ਿੰਦਗੀ ਆਪਣੇ ਆਪ 'ਚ ਤਣਾਅ ਹੈ ਘਰ 'ਚ ਬਸ ਛੋਟੀਆਂ-ਛੋਟੀਆਂ ਗੱਲਾਂ ਤੇ ਬਹਿ ਝਗੜਾ ਖਰਚੇ ਬਹੁਤ ਐ ਮਹਿੰਗਾਈ ਬਹੁਤ ਐ ਕਮਾਈ ਕਾਫੀ ਨਹੀਂ ਬੱਚਿਆਂ ਨੂੰ ਸਭ ਕੁਝ ਚਾਹੀਦਾ ਹੈ ਉਹਨਾਂ ਨੂੰ ਕੀ ਪਤਾ ਕਿ ਪਿਓ ਕੀ ਕਮਾਉਂਦਾ ਹੈ ਕਿ ਨਾ ਹਾਲਤਾਂ ਚ ਕਮਾਉਂਦਾ ਹੈ ਬੱਚਿਆਂ ਦਾ ਰੌਲਾ ਗੋਲਾ ਉਹਨਾਂ ਦਾ ਲੜਾਈ ਝਗੜਾ ਬੀਬੀ ਨਾਲ ਖਿੱਚ ਖਜਾਟ ਤੇ ਫਿਰ ਬਲੱਡ ਪ੍ਰੈਸ਼ਰ ਇਹ ਹੀ ਸੋਚਣਾ ਕਿ ਸਭ ਛੱਡ ਛਡਾ ਕੇ ਬਸ ਘਰੋਂ ਨਿਕਲ ਜਾਓ ਫੇਰ ਇਹਨਾਂ ਨੂੰ ਪਤਾ ਲੱਗੇ ਕਿ ਕੀ ਭਾਵਿਕਦੀ ਏ ਬੀਬੀ ਜੋ ਹਰ ਗੱਲ ਤੇ ਸੜੂ ਬਲੂਮ ਕਰਦੀ ਰਹਿੰਦੀ ਕੀ ਫਾਇਦਾ ਉਹਦੀ ਸੇਵਾ ਦਾ ਚੰਗੀ ਰੋਟੀ ਪਕਾ ਕੇ ਖਵਾਉਣ ਦਾ ਜੇ ਉਹਦੀ ਜ਼ੁਬਾਨ ਹੀ ਚੱਲਦੀ ਰਹਿਣੀ ਹੈ ਪਰ ਉਹ ਥੋੜੀ ਦੇਰ ਦਾ ਗੁੱਸਾ ਹੁੰਦਾ ਹੈ ਲੱਥ ਜਾਂਦਾ ਬੱਚਿਆਂ ਵਿਚਾਰਿਆਂ ਦਾ ਕੀ ਕਸੂਰ ਉਹ ਬੇਦੋਸ਼ੇ ਮਾਸੂਮ ਉਹਨਾਂ ਨੂੰ ਹਲੇ ਜ਼ਿੰਦਗੀ ਦੇ ਸੰਘਰਸ਼ ਦਾ ਕੀ ਪਤਾ ਉਹ ਕਿੰਨੇ ਪਿਆਰੇ ਹਨ ਮੂੰਹ ਉਹਨਾਂ ਦੇ ਬੀਬੀ ਜਦੋਂ ਚੰਗੇ ਮੂਡ 'ਚ ਹੁੰਦੀ ਹੈ ਕਿੰਨੀ ਸੋਹਣੀ ਲੱਗਦੀ ਹੈ ਤੇ ਜਦੋਂ ਅਟੈਕ ਹੋਇਆ ਸੀ 2 ਹਫ਼ਤੇ ਹਸਪਤਾਲ ਰਹਿਣਾ ਪਿਆ ਸੀ ਕਿਵੇਂ ਮੁਰਝਾ ਗਈ ਸੀ ਉਹਨਾਂ ਦੇ ਚਿਹਰੇ ਜੇ ਵੇਲੇ ਸਿਰ ਡਾਕਟਰੀ ਮਦਦ ਨਾ ਮਿਲਦੀ ਤਾਂ ਪਤਾ ਨਹੀਂ ਕੀ ਹੋ ਜਾਂਦਾ ਵਿਚਾਰੇ ਅਨਾਥ ਹੋ ਜਾਣੇ ਸੀ ਜ਼ਿੰਦਗੀ ਰੁੱਲ ਜਾਣੀ ਸੀ ਉਹਨਾਂ ਦੀ ਆਪਣੇ ਮਾਮੇ ਦੇ ਪਰਿਵਾਰ ਵਾਂਗ ਬਿਚਾਰਾ ਛੋਟੇ ਛੋਟੇ ਬੱਚਿਆਂ ਨੂੰ ਛੱਡ ਚੱਲ ਵਸਿਆ ਸੀ ਤੇ ਜੋ ਪੈਸੇ ਕਾਰਖਾਨੇ ਵੱਲੋਂ ਮਿਲੇ ਸਾਲ ਨਾ ਲੱਗਾ ਖਤਮ ਹੋਣ ਨੂੰ ਤੇ ਬਾਅਦ ਚ ਕਿਸੇ ਨੇ ਬਾਤ ਤੱਕ ਨਾ ਪੁੱਛੀ ਟੱਬਰ ਦੀ ਵਿਚਾਰੇ ਰੋਲ ਰੁਲ ਕੇ ਹੀ ਪੜੇ ਮੱਸਾਈ ਵੱਡੇ ਹੋ ਕੇ ਕਿਤੇ ਥੋੜਾ ਬਹੁਤ ਕਮਾਨ ਜੋਗੇ ਹੋਏ ਤੇ ਆਪਣੇ ਪੈਰਾਂ ਤੇ ਖੜੇ ਹੋ ਸਕੇ ਸੀ ਤੇ ਨਹੀਂ ਨਹੀਂ ਹਾਲੇ ਜ਼ਿੰਦਗੀ ਚਾਹੀਦੀ ਹੈ ਘਰੇਲੂ ਲੜਾਈਆਂ ਝਗੜੇ ਤੇ ਹੁੰਦੇ ਹੀ ਰਹਿੰਦੇ ਆ ਪਰ ਹੁਣ ਤਾਂ ਬੀਬੀ ਵੀ ਘੱਟ ਬੋਲਦੀ ਐ ਬੱਚੇ ਵੀ ਘੱਟ ਲੜਦੇ ਐ ਕਿਤੇ ਡੈਡੀ ਦਾ ਬਲੱਡ ਪ੍ਰੈਸ਼ਰ ਵਾਧੇ ਨਾ ਜਾਏ ਤੇ ਫਿਰ ਕੋਈ ਗੜਬੜ ਨਾ ਹੋ ਜਾਏ ਪੂਰਾ ਨਵੰਬਰ 9 ਤਿੰਨਾਂ ਸੇ ਕੰਮ ਤੇ ਜਾਣ ਲੱਗਿਆ ਹਾਂ ਤਨਖਾਹ ਤਾਂ ਪੂਰੀ ਮਿਲ ਰਹੀ ਐ ਘਰ ਦਾ ਗੁਜ਼ਾਰਾ ਤਾਂ ਚੱਲ ਹੀ ਰਿਹਾ ਐ ਬੱਚੇ ਪੜ ਰਹੇ ਐ ਬਿਮਾਰੀ ਦੇ ਦਿਨ ਮੈਡੀਕਲ ਲੀਵ ਵਿੱਚ ਆ ਗਏ ਸੀ ਪੱਕੀ ਨੌਕਰੀ ਦਾ ਕੁਝ ਤਾਂ ਫਾਇਦਾ ਹੁੰਦਾ ਵਿਚਾਰੇ ਪ੍ਰੇਮ ਨੂੰ ਤਾਂ ਮੈਡੀਕਲ ਲੀਵ ਵੀ ਨਹੀਂ ਸੀ ਮਿਲ ਸਕਦੀ ਨੌਕਰੀ ਛੱਡ ਬਿਜ਼ਨਸ ਕਰਨ ਦੀ ਸੋਚੀ ਬਿਜ਼ਨਸ ਠੀਕ ਚੱਲਿਆ ਨਹੀਂ ਤੇ ਦਿਲ ਦੀ ਤਕਲੀਫ ਹੋ ਗਈ ਜਿੰਨੀ ਦੇਰ ਬਿਮਾਰ ਰਿਆ ਕਮਾਈ ਬੰਦ ਪਰ ਖਰਚਾ ਉਹ ਨਹੀਂ ਘਰ ਦਾ ਵੀ ਤੇ ਇਲਾਜ ਦਾ ਵੀ ਤੇ ਹੁਣ ਵੀ ਉਹ ਛੁੱਟੀ ਨਹੀਂ ਕਰ ਸਕਦਾ ਉਹਨਾਂ ਕੋ ਕੰਮ ਕਰਦਾ ਹੈ ਜਿੰਨਾ ਕੁ ਸਹੀ ਸਰੀਰ ਸਹਾਰ ਸਕੇ ਤੇ ਮੁਸ਼ਕਲ ਨਾਲ ਹੀ ਗੁਜ਼ਾਰਾ ਚੱਲਦਾ ਉਸ ਨਾਲੋਂ ਤਾਂ ਮੈਂ ਕਿਤੇ ਚੰਗਾ ਕੀ ਹੋਇਆ ਜੇ ਜ਼ਿੰਦਗੀ 'ਚ ਕੁਝ ਤੰਗੀਆਂ ਐ ਕੁਝ ਘਾਟ ਐ ਕੁਝ ਨਿਰਾਸ਼ਤਾਵਾਂ ਰਹੀਆਂ ਐ ਹੁਣ ਹੋਰ ਅੱਗੇ ਕੁਝ ਨਹੀਂ ਤਾਂ ਘਰ ਦੇ ਖਰਚੇ ਚਲਾਉਣ ਲਈ ਬਕਾਇਆ ਆਮਦਨੀ ਤਾਂ ਹੈ ਕੀ ਹੋਇਆ ਜੇ ਜ਼ਿੰਦਗੀ ਲਈ ਉਹ ਪੁਰਾਣਾ ਜੋਸ਼ ਉਹ ਭੱਜ ਦੌੜ ਨਹੀਂ ਹੋ ਸਕਦੀ ਮਹੀਨੇ ਦੀ ਤਨਖਾਹ ਪਰਿਵਾਰ ਨੂੰ ਰੋਟੀ ਤਾਂ ਖਵਾ ਸਕਦੀ ਹੈ ਚਿੰਤਾਵਾਂ ਤਾਂ ਲੱਗੀਆਂ ਹੀ ਰਹਿਣਗੀਆਂ ਗੋਲੀਆਂ ਦਵਾਈ ਤਾਂ ਚਲਦੀ ਰਹੇਗੀ ਖਾਣੇ ਵਾਂਗ ਜਿੰਨੀ देर ਵੀ ਨਿਕਲਦੀ ਹੈ ਕੱਢਣੀ ਹੈ ਇਸ ਵਤੀਰੇ ਨੂੰ ਅਪਣਾ ਲਿਆ ਹਰ ਮਹੀਨੇ ਚੈੱਕਅਪ ਕਰਵਾ ਲੈਣਾ ਸੇਤ ਤੱਲੀ ਤਸੱਲੀ ਬਖਸ਼ ਚੱਲ ਰਹੀ ਹੈ ਤੇ ਡਾਕਟਰ ਇਹੀ ਕਹਿੰਦੇ ਆ ਕਿ ਦਵਾਈ ਜਾਰੀ ਰੱਖੋ ਬਲੱਡ ਪ੍ਰੈਸ਼ਰ ਕੰਟਰੋਲ ਚ ਰੱਖਣ ਦੀ ਜ਼ਰੂਰਤ ਹੈ ਪੂਰੀ ਨਾਰਮਲ ਤੇ ਨਹੀਂ ਪਰ ਤਕਰੀਬਨ ਨਾਰਮਲ ਜ਼ਿੰਦਗੀ ਜੀ ਸਕਦੇ ਹੋ ਸਿਰਫ ਫਿਕਰ ਮਨ ਨੂੰ ਨਾ ਲਾਓ ਟੇਕ ఎవਰੀਥਿੰਗ ਈਜ਼ੀ ਤੁਹਾਡਾ ਨੰਬਰ ਨਹੀਂ ਆਇਆ ਹਲੇ ਮੇਰੇ ਨਾਲ ਬੈਠੀ ਸਫੇਦ ਸਾਫ ਸੁਥਰੀ ਸਾੜੀ ਪਾਈ ਹੋਈ ਇੱਕ ਕੁੜੀ ਬਡੇਰੀ ਉਮਰ ਦੀ ਔਰਤ ਪੁੱਛ ਰਹੀ ਸੀ ਜੀ ਨਹੀਂ ਆ ਜਾਏਗਾ ਹੁਣ ਅਸੀਂ ਪੰਜ-ਛੇ ਹੀ ਤਾਂ ਰਹਿ ਗਏ ਸਾਰਾ ਦਿਨ ਲੱਗ ਜਾਂਦਾ ਇੱਥੇ ਹਾਂਜੀ ਉਹ ਤਾਂ ਹੈ ਹੀ ਦੇਖੋ ਨਾ ਘਰ ਦੇ ਕਿੰਨੇ ਚਮੇਲੇ ਹੁੰਦੇ ਨੇ ਇੰਨੀ ਦੌੜਾਉਣਾ ਪੈਂਦਾ ਪਿੱਛੇ ਗੁੰਆਂਢੀਆਂ ਨੂੰ ਕਿਹਾਈ ਸੀ ਪੀ ਸਕੂਲੋਂ ਬੱਚੇ ਆਉਣ ਤਾਂ ਉਹਨਾਂ ਨੂੰ ਰੱਖ ਲੈਣਾ ਇੱਥੇ 1 ਤਾਂ ਵੱਜ ਗਿਆ ਘਰ ਪਹੁੰਚਦੇ ਆ ਨੂੰ 3 ਵੱਜ ਜਾਂਦੇ ਨੇ ਤੁਹਾਨੂੰ ਕਦੋਂ ਤਕਲੀਫ ਹੋਈ ਸੀ ਮੈਂ ਆਮ ਵਾਂਗੂੰ ਗੱਲ ਛੇੜੀ ਹੋ ਗਏ ਕੋਈ 6 ਮਹੀਨੇ ਕਿਵੇਂ ਅਟੈਕ ਹੋਇਆ ਜੀ ਅਟੈਕ ਤਾਂ ਨਹੀਂ ਹੋਇਆ ਪਰ ਕੁਝ ਤਕਲੀਫ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ ਚੱਕਰ ਆਉਂਦੇ ਸੀ ਦਿਲ ਦੀ ਧੜਕਣ ਵੱਜ ਜਾਂਦੀ ਸੀ ਦਿਖਾਇਆ ਤਾਂ ਦਿਲ ਦੀ ਤਕਲੀਫ ਨਿਕਲੀ ਹੁਣ 6 ਮਹੀਨੇ ਹੋ ਗਏ ਨੇ ਦਵਾਈ ਖਾਂਦੇ ਆ ਖਰਚੇ ਚੱਲਦੇ ਹੀ ਨਹੀਂ ਤੇ 50-60 ਰੁਪਿਆਂ ਦੀਆਂ ਮਹੀਨੇ ਦੀਆਂ ਦਵਾਈਆਂ ਹੀ ਹੋ ਜਾਂਦੀਆਂ ਇੱਥੋਂ ਤਾਂ ਬਈ ਕਈ ਦਵਾਈਆਂ ਮਿਲਦੀਆਂ ਹੀ ਨਹੀਂ ਨਾਲੇ ਕੌਣ ਆਏ ਹਰ ਹਫਤੇ ਇੰਨੀ ਦੂਰੋਂ ਹਸਪਤਾਲ ਸਿਰਫ ਦਵਾਈ ਲੈਣ ਡਾਕਟਰ ਕਹਿੰਦੇ ਨੇ ਕਿ ਸਭ ਕੁਝ ਚਿੰਤਾ ਕਰਕੇ ਫਿਕਰਾਂ ਕਰਕੇ ਹੁੰਦਾ ਮੈਂ ਉਹੀ ਘਸਿਆ ਪਟਿਆ ਵਾਕ ਦਰਾਇਆ ਕਿਹੜੀਆਂ ਦਵਾਈਆਂ ਦਿੱਤੀਆਂ ਤੁਹਾਨੂੰ ਉਹਨੇ ਮੈਨੂੰ ਇੱਕ ਪਿਛਲੀ ਪਰਚੀ ਦਿਖਾਈ ਵਿੱਚ ਕੰਪੋਜ਼ ਵੀ ਲਿਖੀ ਸੀ ਨੀਂਦ ਨਹੀਂ ਆਉਂਦੀ ਹੋਣੀ ਹਾਂਜੀ ਬਹੁਤ ਘੱਟ ਆਉਂਦੀ ਹੈ ਆਵੇ ਵੀ ਕਿਵੇਂ ਕੋਈ ਨਾ ਕੋਈ ਚਿੰਤਾ ਜੋ ਲੱਗੀ ਰਹਿੰਦੀ ਹੈ ਕੰਪੋਜ਼ ਤਾਂ ਅੱਜਕੱਲ ਹਰ ਇੱਕ ਨੂੰ ਦੇ ਦਿੰਦੇ ਐ ਪੇਟ ਦਰਦ ਹੋਵੇ ਤਾਂ ਵੀ ਕੰਪੋਜ਼ ਕਹਿੰਦੇ ਨੇ ਚਿੰਤਾ ਦਾ ਪੇਟ ਨਾਲ ਵੀ ਸਬੰਧ ਹੈ ਮੈਂ ਹਾਸੇ ਚ ਮੇਲ ਪਾਉਣ ਦੀ ਕੋਸ਼ਿਸ਼ ਕੀਤੀ ਪਰ ਚਿੰਤਾਵਾਂ ਤਾਂ ਜੀ ਕਿਵੇਂ ਜਾਣ ਡਾਕਟਰ ਲੋਕ ਕਹਿੰਦਾ ਛੱਡ ਦੇ ਨੀ ਚਿੰਤਾ ਨਾ ਕਰੋ ਪਰ ਕਹਿਣਾ ਆਸਾਨ ਹੈ ਕਰ ਹੁੰਦਾ ਤਾਂ ਨਹੀਂ ਪਰ ਫੇਰ ਵੀ ਕਿਸੇ ਨਾ ਕਿਸੇ ਤਰ੍ਹਾਂ ਚਿੰਤਾ ਨੂੰ ਹਟਾਉਣਾ ਹੀ ਚਾਹੀਦਾ ਹੈ ਜਿਉਣ ਲਈ ਹਾਂਜੀ ਜੀਣਾ ਤਾਂ ਹੋਇਆ ਨਾ ਪਰ ਇਹ ਵੀ ਕੋਈ ਜੀਣਾ ਹੋਇਆ ਰਿੰਗ ਰਿੰਗ ਕੇ ਕਦੀ ਛਾਤੀ 'ਚ ਦਰਦ ਕਦੀ ਬਾਹਾਂ 'ਚ ਦਰਦ ਕਦੀ ਦਿਲ ਦੀ ਧੜਕਣ ਵੱਜ ਜਾਣੀ ਮੌਤ ਚੰਗੀ ਹੋਏਗੀ ਪਰ ਇਹਨਾਂ ਬੱਚਿਆਂ ਦਾ ਕੀ ਬਣੇਗਾ ਹੁਣ ਤਾਂ ਫੇਰ ਵੀ ਰੋਟੀ ਚੱਲਦੀ ਹੈ ਕਿਸੇ ਤਰ੍ਹਾਂ ਜਿੰਨੀ ਦੇਰ ਚੱਲਦੀ ਹੈ ਉਨੀ ਦੇਰੀ ਸਹੀ ਬੱਚਿਆਂ ਦੇ ਮੂੰਹ ਨੂੰ ਹੀ ਸਹੀ ਬਾਅਦ ਚਾਪੋ ਆਪਣੇ ਭਾਗ ਇਹਨਾਂ ਬੱਚਿਆਂ ਦੇ ਆਪਣੇ ਭਾਗ ਪਿੱਛੋਂ ਕਿਸੇ ਨੇ ਕੀ ਵੇਖਿਆ ਉਹ ਚੁੱਪ ਕਰ ਗਏ ਉਹਦੀਆਂ ਅੱਖਾਂ ਗਿੱਲੀਆਂ ਹੋ ਰਹੀਆਂ ਸੀ ਕਹਿਣਾ ਆਸਾਨ ਹੈ ਮੇਰਾ ਵੱਡਾ ਲੜਕਾ 22 ਸਾਲ ਦਾ ਹੋ ਚਲਿਆ ਉਹਨੂੰ ਸ਼ੁਰੂ ਤੋਂ ਹੀ ਘਟ ਦਿਸਦਾ ਸੀ ਹੁਣ ਤਾਂ ਸਮਝੋ ਦਿਸਣਾ ਹੀ ਹਟ ਗਿਆ ਹੁਣ ਵੀ ਕਮਜ਼ੋਰ ਹੈ ਉਹਨੂੰ ਇੱਕ ਸੰਗੀਤ ਸਕੂਲ ਚ ਭੇਜਦੀ ਹਾਂ ਔਰ ਘਰ ਵੀ ਕੀ ਸਕਦਾ ਮੈਂ ਉਹਨੂੰ ਖੁਦ ਛੱਡਣ ਤੇ ਲੈਣ ਜਾਣੀ ਆਪ ਹੱਥੀ ਫੜ ਕੇ ਉਹਨੂੰ ਸੜਕ ਪਾਰ ਕਰਾਉਂਦੀ ਆ ਤੁਸੀਂ ਆਪ ਸੋਚੋ ਜਿਹੜੀ ਮਾਂ 22 ਸਾਲ ਦੇ ਲੜਕੇ ਨੂੰ ਹਾਲੇ ਵੀ ਹੱਥ ਫੜ ਕੇ ਸੜਕ ਪਾਰ ਕਰਾਉਂਦੀ ਹੈ ਉਹਦੇ ਦਿਲ ਤੇ ਕੀ ਗੁਜ਼ਰਦੀ ਹੋਵੇਗੀ ਕੀ ਭਵਿਕ ਹੈ ਉਸ ਬੱਚੇ ਦਾ ਜਦੋਂ ਪਿਓ ਦਾ ਸਾਆਇਆ ਵੀ ਸਿਰ ਤੇ ਨਾ ਹੋਵੇ ਤੇ ਡਾਕਟਰ ਕਹਿੰਦੇ ਨੇ ਚਿੰਤਾ ਨਾ ਕਰੋ ਚਿੰਤਾ ਕਿਵੇਂ ਨਾ ਕੀਤੀ ਜਾਏ ਅਥਰੂ ਦੀਆਂ ਅੱਖਾਂ ਚੋਂ ਡੁੱਲ ਕੇ ਵਗ ਤੁਰੇ ਸਨ ਅੰਦਰੋਂ ਮੈਨੂੰ ਆਵਾਜ਼ ਪੈ ਗਈ ਮੇਰਾ ਨੰਬਰ ਆ ਗਿਆ ਸੀ ਧੰਨਵਾਦ